ਕਿਸਾਨਾਂ ਨੇ ਇੱਕ ਵਾਰ ਫੇਰ ਤਬਾਹੀ ਮਚਾਈ ਹੈ। ਦੱਸ ਦਈਏ ਕਿ ਤਰਨ ਤਾਰਨ ਦੇ ਇਲਾਕੇ ਦੇ ਵਿੱਚ ਮੁੜ ਤੋਂ ਪਾਣੀ ਆ ਗਿਆ ਏ, ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਏ ਤੇ ਕਿਸਾਨਾਂ ਦੀ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ। ਦੱਸ ਦਈਏ ਕਿ ਪੁੱਤਾਂ ਵਾਂਗੂ ਪਾਲੀ ਕਿਸਾਨਾਂ ਦੀ ਕਣਕ ਦੀ ਫਸਲ ਇੱਕ ਵਾਰ ਫੇਰ ਡੁੱਬ ਗਈ ਹੈ। ਪਹਿਲਾਂ ਵੀ ਬਿਆਸ ਦਰਿਆ ਨੇ ਤਬਾਹੀ ਮਚਾਈ ਸੀ ਤੇ ਹੁਣ ਇੱਕ ਵਾਰ ਫੇਰ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਦਰਅਸਲ ਬਿਆਸ ਦਰਿਆ ਦੇ ਕੰਢੇ ਟੁੱਟੇ ਨੇ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਪਾਣੀ ਆ ਗਿਆ, ਕਣਕ ਦੀ ਫਸਲ ਤਬਾਹ ਹੋ ਗਈ ਹੈ, ਸੈਂਕੜੇ ਏਕੜ ਦੇ ਵਿੱਚ ਪਾਣੀ ਭਰ ਗਿਆ ਏ। ਦੱਸ ਦਈਏ ਕਿ ਬਿਆਸ ਦਰਿਆ ਏ ਤਰਨ ਤਾਰਨ ਦੇ ਇਲਾਕੇ ਦੇ ਵਿੱਚ ਕਈ ਪਿੰਡ ਨੇ, ਮੁੰਡਾ ਪਿੰਡ, ਜੌਹਲ, ਭੈਲ, ਧੁੰਨ ਅਤੇ ਹੋਰ ਕਈ ਪਿੰਡਾਂ ਦੇ ਵਿੱਚ ਬਿਆਸ ਦਰਿਆ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਏ ਕਿ ਪਹਿਲਾਂ ਵੀ ਬਿਆਸ ਦਰਿਆ ਦੇ ਹੜ੍ਹਾਂ ਨੇ ਤਬਾਹੀ ਮਚਾਈ ਸੀ, ਪਰੰਤੂ ਉਹਨਾਂ ਨੇ ਕਿਵੇਂ ਨਾ ਕਿਵੇਂ ਉਸ ਦੇ ਨਾਲ ਉਸ ਤੋਂ ਬਾਹਰ ਵੀ ਨਹੀਂ ਸੀ ਨਿਕਲੇ। ਇੱਕ ਵਾਰ ਫਿਰ ਹੁਣ ਉਹਨਾਂ ਨੇ ਜ਼ਮੀਨ ਪੱਧਰ ਕਰਕੇ ਕਣਕ ਦੀ ਬਿਜਾਈ ਕੀਤੀ ਸੀ, ਪਰ ਹੁਣ ਮੁੜ ਤੋਂ ਬਿਆਸ ਦਰਿਆ ਦੇ ਪਾਣੀ ਨੇ ਕਣਕ ਦੀ ਫਸਲ ਨੂੰ ਮੁੜ ਤੋਂ ਬਰਬਾਦ ਕਰ ਦਿੱਤਾ ਹੈ ਅਤੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ, ਕਿਉਂਕਿ ਆਰਥਿਕ ਤੌਰ 'ਤੇ ਕਿਸਾਨ ਬਿਲਕੁਲ ਟੁੱਟ ਚੁੱਕੇ ਨੇ। ਜਿੱਥੇ ਪਹਿਲਾਂ ਝੋਨੇ ਦੀ ਮਾਰ ਪਈ ਹੈ, ਝੋਨੇ 'ਤੇ ਮਾਰ ਪਈ ਆ, ਉੱਥੇ ਹੁਣ ਕਣਕ ਦੀ ਫਸਲ ਵੀ ਤਬਾਹ ਹੋ ਗਈ ਹੈ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਰਨ ਤਾਰਨ ਇਲਾਕੇ ਦੀਆਂ ਨੇ, ਜਿੱਥੇ ਬਿਆਸ ਦਰਿਆ ਨੇ ਮੁੜ ਤੋਂ ਤਬਾਹੀ ਮਚਾਈ ਹੈ। ਹੜ੍ਹ ਆ ਗਏ ਨੇ ਇੱਕ ਵਾਰ ਫਿਰ, ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਅਤੇ ਲੋਕ ਜਿਹੜੇ ਨੇ ਉਹ ਤਰਾਹੀ ਤਰਾਹੀ ਕਰ ਰਹੇ ਨੇ, ਕਿਸਾਨ ਪਰੇਸ਼ਾਨ ਨੇ। ਕਿਸਾਨਾਂ ਦੀ ਕਣਕ ਦੀ ਫਸਲ ਡੁੱਬੀ ਹੈ, ਖੇਤਾਂ ਦੇ ਵਿੱਚ ਪਾਣੀ ਭਰ ਗਿਆ ਹੈ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਅਤੇ ਕੀ ਕਹਿਣਾ ਹੈ ਇਸ ਦੌਰਾਨ ਕਿਸਾਨਾਂ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੰਤ ਜੀ ਆ ਵੇਖ ਲਓ ਹਾਲਾਤ ਮੰਡ ਦੇ, ਫਿਰ ਮੇਜਰ ਸਿੰਕਲੇਰ ਵਾਲਾ ਮੂੰਹ ਹੈ ਜਿਹੜਾ ਬੰਨਣ ਡਿਆ ਸੀ, ਉੱਥੋਂ ਪਾਣੀ ਰਾਤ ਦਾ ਚੜ੍ਹ ਕੇ ਫਿਰ ਸਾਰੇ ਇੱਧਰ ਫਿਰ ਗਿਆ ਜ਼ਮੀਨ ਦੇ ਵਿੱਚ। 250 ਕਿੱਲਾ ਜ਼ਮੀਨ ਆ ਵੇਖੋ ਜੀ, ਆਹ ਵੇਖੋ ਕਣਕ ਉੱਗਣੀ ਡਈ ਹਲੇ, ਜ਼ਮੀਨਦਾਰਾਂ ਨੇ ਬੀਜ ਕੇ ਹਟੇ ਆ, ਵੱਟਾਂ ਪਾਈਆਂ ਇੱਧਰ ਲੋ, ਸਾਰਾ ਮੰਡ ਫਿਰ ਬਰਬਾਦ ਹੋ ਗਿਆ। ਝੋਨੇ ਹਰੀ ਵੇਖੋ ਹਾਲ ਹੋਇਆ ਲੋਕਾਂ ਦਾ, ਆਹ ਕਣਕਾਂ ਬੀਜੀਆਂ ਜੇ, ਆਹ ਵੇਖ ਲਓ ਹਾਲਾਤ ਇੱਧਰ ਸਾਰੇ ਐ, ਫਿਰ ਉਹੀ ਆ ਦੂਰ ਤੱਕ ਜੋ ਕਾਲੇ ਬੱਠੇ ਪੈਣੀ ਆ ਅਤੇ ਪਾਲਕ ਹੰਗਬ ਜੀ ਅਤੇ ਇੱਧਰ ਸਾਰੇ ਏਰੀਆ ਫਿਰ ਪਾਣੀ ਹੋ ਗਿਆ ਜੀ। ਆਹ ਸਾਰਾ ਏਰੀਆ ਕਣਕ ਬੀਜੀ ਵੀਰ ਜੀ, ਆਹ ਵੇਖ ਲਓ ਹਾਲਾਤ, ਕੀ ਕਰੂੰ ਜ਼ਿਮੀਂਦਾਰ ਕਿੱਥੇ ਜਾਊਗਾ, ਆਹ ਵੇਖ ਲਓ ਕੀ ਹਾਲ ਹੋਣ ਡਿਆ ਇੱਥੇ, ਆਹ ਵੇਖ ਲਓ ਸਾਰੀ ਕਣਕਾਂ ਬੀਜੀਆਂ, ਵੱਟਾਂ ਪਾਈਆਂ ਲੋਕਾਂ ਨੇ, ਆਹ ਵੇਖੋ ਆਹ ਦੂਰ ਤੱਕ ਛਾਂ ਵਾਲੀ ਪੈਲੀ ਜੇ, ਹਾਲ ਹੋ ਰਹੀਆਂ ਦੇ ਮੁੰਡਿਆਂ ਨੇ ਠੇਕੇ ਦੇ ਲਈ ਕਣਕ ਬੀਜ ਕੇ ਗਏ ਆ, ਆਹ ਵੇਖ ਲਓ ਸਾਰਾ ਕਣਕ ਹਰਿਆਲੀ ਵੱਜਣ ਡੀ ਵਿੱਚ, ਸ਼ਾਇਦ ਵੇਖ ਲਓ ਫਿਰ ਕੀ ਹਾਲਾਤ ਹੋ ਗਏ ਜੀ, ਕੀ ਕਰੀਏ ਇੱਥੇ ਦੱਸੋ, ਬਹੁਤ ਮੰਦਾ ਹਾਲ ਆ, ਨਾ ਕੋਈ ਪ੍ਰਸ਼ਾਸਨ ਇੱਥੇ ਪ੍ਰਸਾਰ ਲੈਂਦਾ, ਨਾ ਕੋਈ ਕੋ ਮੰਦਾ ਹਾਲ ਜੇ ਲੋਕਾਂ ਦਾ, ਆਹ ਵੇਖ ਲਓ ਛਾਂ ਵਾਲੀ ਵੱਟ ਦੀ ਨਾਲ ਲੱਗਾ ਜੇ, ਆਹ ਪੱਠਲ ਵਾਲੀ ਢੰਨ ਜੇ ਆ ਜਿਹੜੀ ਆ ਵੇਖ ਲਓ, ਕਹਿੰਦੇ ਸਾਰੇ ਗਾੜੀ ਪਾਲ ਸੌਂਦੇ, ਜੱਸਾ ਸੌਂਦੇ, ਸਾਰੇ ਇੱਧਰ ਪਾਣੀ ਆ ਫਿਰਦਾ ਸਾਰੇ। ਮੁੰਡਾ ਪਿੰਡ ਜੌਲ ਭੈਲ ਢਾਏ ਵਾਲਾ ਅਤੇ ਤੇਰੀ ਆਫਤ ਸਾਡੇ 'ਤੇ ਆ ਗਈ ਆ, ਅਸੀਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਨੂੰ ਬੇਨਤੀ ਕਰਦੇ ਸਰਕਾਰ ਨੂੰ, ਜਾਂ ਵੇਖੋ ਅੱਗੇ ਜਿਹੜੀਆਂ ਦੋ ਫਸਲਾਂ ਤਾਂ ਅਸੀਂ ਨੁਕਸਾਨ ਜਾਂਦੇ ਹਾਂ, ਤੀਜੀ ਫਸਲ ਦਾ ਵੀ ਐਰਕੀ ਸਾਡਾ ਨੁਕਸਾਨ ਹੋ ਗਿਆ ਅਤੇ ਬਾਬਿਆਂ ਨੇ ਬੜੀ ਬਾਂਹ ਫੜੀ ਸੀ, ਜਿਹੜਾ ਉਹਨਾਂ ਨੇ ਸਾਡਾ ਜਿਹੜਾ ਬੰਨ ਸੀ ਉਹ ਮਜ਼ਬੂਤ ਕਰਕੇ ਦਿੱਤਾ ਵਾ। ਹੁਣ ਦਰਿਆ ਦਾ ਕੰਢਾ ਕੰਢਾ ਜਿਹੜਾ ਉਹ ਸਾਰਾ ਟੁੱਟਾ ਸੀ, ਹੁਣ ਜਿੱਥੋਂ ਪਾਣੀ ਵਿੱਚ ਪੈਂਦਾ ਸੀ ਉੱਥੋਂ ਜ਼ਿਆਦਾ ਪਾਣੀ ਹੋਣ ਕਾਰਨ ਕਰਕੇ ਅਤੇ ਪਾਣੀ ਵਾਪਸ ਆਣ ਕੇ ਕਣਕਾਂ ਸਾਡੀਆਂ ਸਾਰੀਆਂ ਬਰਬਾਦ ਹੋ ਗਈਆਂ ਵਾ, ਨਾ ਸਾਨੂੰ ਨਾ ਝੋਨੇ ਦਾ 6500 ਰੁਪਈਆ ਦੇ ਕੇ ਉਹਦੇ ਵਿੱਚੋਂ ਵੀ ਕੁਝ ਕਿਸਾਨਾਂ ਦੇ ਪੈਸੇ ਕੱਟ ਲਿਆ, ਉਹ ਸਿਰਫ ਸਾਡੇ ਮੂੰਹ 'ਤੇ ਕਾਲਖ ਮਲੀ ਗਈ ਆ, ਕੋਈ ਸਾਨੂੰ ਮਾਜਬਾ ਨਹੀਂ ਦਿੱਤਾ, ਕੋਈ ਸਾਨੂੰ ਖਰਾਬਾ ਨਹੀਂ ਦਿੱਤਾ ਗਿਆ। ਹੁਣ ਅਸੀਂ ਆਪਣੇ ਮਹਾਂ ਯੋਗ ਕਰ ਕਤਰ ਕੇ ਆਹ ਵੇਖ ਲਓ ਕਣਕਾਂ ਬੀਜੀਆਂ ਸੀ,
सारिया पैलियां दे विच कणकां किसानां ने दूरा खर्चा करके कणकां बीज लिया ते कणकां भी मर चुकियां वा ते इन्हां ने इन्ना पानी छड्या वा जिन्ना कि हाड़ जेठ दे विच इन्ना पानी नहीं आउंदा जिन्ना ना सियाल दे विच पानी छड्या सानू साबत होण डिया वा भी जो सरकारां वा साडे किसानां दे नाल बहुत ज़्यादा धक्का कर रहीआं वा ते सानू नूं मारना चाहुंदियां वा ਅਸੀਂ ਇਹੋ ਬੇਨਤੀ ਕਰਦੇ ਹਾਂ ਵੀ ਇਹਨਾਂ ਦਿਨਾਂ ਦੇ ਵਿੱਚ ਕਦੀ ਇੰਨਾ ਪਾਣੀ ਨਹੀਂ ਵੇਖਿਆ ਜਿਹੜਾ ਜਾਣ ਬੁੱਝ ਕੇ ਪਾਣੀ ਛੱਡਿਆ ਜਾਂਦਾ ਵਾ ਅਸੀਂ ਬੇਨਤੀ ਕਰਦੇ ਹਾਂ ਜਦੋਂ ਸਰਕਾਰਾਂ ਵੋਟਾਂ ਲੈਣ ਆਉਂਦੀਆਂ ਉਦੋਂ ਵਾਅਦੇ ਸਾਡੇ ਨਾਲ ਹੋਰ ਹੁੰਦੇ ਆ ਤੁਹਾਡੇ ਬੰਨ ਬੰਨ ਦਾਂਗੇ ਤੁਹਾਡੇ ਕਰ ਦਾਂਗੇ ਪਰ ਹੁਣ ਇਸ ਵੇਲੇ ਜੇ ਬਾਬਿਆਂ ਨੇ ਸਾਡੀ ਮਾਂਹ ਬਹੁਤ ਜ਼ਿਆਦਾ ਫੜੀ ਸੀ ਪਰ ਸਰਕਾਰਾਂ ਦਾ ਕੰਮ ਹੀ ਜਿਹੜਾ ਬਾਬਿਆਂ ਨੇ ਕੀਤਾ ਵਾ ਹੁਣ ਇਹ ਜੇ ਥੋੜ੍ਹੀ ਜਿਹੀ ਨਗੇਲੀ ਨਾ ਕਰਦੇ ਤਾਂ ਸਾਡੇ ਜਿਹੜਾ ਬੰਨ ਕਾੜੀ ਬਣਾ ਦਿੰਦੇ ਸਾਡੀਆਂ ਫਸਲਾਂ ਬਚ ਜਾਣੀਆਂ ਸੀ ਇਹੋ ਹੀ ਬੇਨਤੀਆਂ ਕਰਦੇ ਹਾਂ ਸੀਐਮ ਸਾਨੂੰ ਜਦੋਂ ਧਰਨੇ ਲਾਉਂਦੇ ਆ ਕਿਸਾਨ ਉਲਟੇ ਪਰਚੇ ਕਰਦੇ ਆ ਫਿਰ ਧਰਨੇ ਨਾ ਲਾਉਣਗੇ ਕਿਸਾਨ ਖੁਦਕੁਸ਼ੀਆਂ ਕਰਨਗੇ ਫਿਰ ਇਹ ਤੋਂ ਵੱਡਾ ਹੱਲ ਸਾਡੇ ਕੋਲ ਹੋਰ ਕਿਹੜਾ ਵਾ ਇਹੋ ਹੀ ਆ ਸਾਡੇ ਕੋਲ ਰਹਿ ਗਿਆ ਧਰਨੇ ਅਤੇ ਖੁਦਕੁਸ਼ੀਆਂ ਇਹ ਅਸੀਂ ਆਉਂਦੇ ਹਾਂ ਵੀ ਸਾਡਾ ਮਾਝੇ ਦੀ ਧਰਤੀ ਆ ਸਾਡੇ ਬੰਦੇ ਬਹੁਤ ਦਲੇਰ ਵਾ ਸਾਡੀ ਇਹ ਮਾਝੇ ਦੀ ਕੌਮ ਜਿਹੜੀ ਆ ਵੀ ਖੁਦਕੁਸ਼ੀ ਨਹੀਂ ਕਰਕੇ ਖੁਦ ਪਰ ਅਸੀਂ ਹੁਣ ਮਜਬੂਰ ਹੋ ਗਏ ਹਾਂ ਸਾਡੀ ਇਹੋ ਬੇਨਤੀ ਆ ਸਰਕਾਰ ਨੂੰ ਵੀ ਹੁਣ ਸਾਡਾ ਔਖੀ ਦੇ ਸਮੇਂ ਇਹ ਸਾਡੇ ਜੇ ਸਾਰ ਨਹੀਂ ਲੈਂਦੀ ਤਾਂ ਫਿਰ ਇਹਨਾਂ ਕੋਲ ਸਾਡੇ ਕੋਲ ਆਉਣ ਦਾ ਹੱਕਾਰ ਨਹੀਂ ਗਾ ਤਰਨ ਤਾਰਨ ਜ਼ਿਲ੍ਹਾ ਮੁੰਡਾ ਪਿੰਡ ਇਹ ਕੁੱਲ ਮੁਲਕ ਨੂੰ ਪਤਾ ਕਦੋਂ ਦਾ ਇੱਥੇ ਪਾਣੀ ਚੱਲਣ ਡਿਆ ਵਾ ਵਾਰ ਵਾਰ ਕੇ ਇਹੋ ਬੇਨਤੀ ਕਰਦੇ ਰਾਤ ਦੇ ਪਾਣੀ ਨੇ ਸਾਡੀਆਂ ਜਿਹੜੀਆਂ ਗਾੜ ਲਿਆਸਾਂ ਦੇ ਵੀ ਪਾਣੀ ਫੇਰਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।